ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵੱਲ। ਸਪਾ ਵਿਧਾਇਕ ਸਣੇ ਪੰਜ ਦੋਸ਼ੀਆਂ ਨੂੰ 7 ਸਾਲ ਦੀ ਸਜ਼ਾ। ਅਦਾਲਤ ਨੇ ਅਗਜ਼ਲੀ ਮਾਮਲੇ 'ਚ ਸੁਣਾਇਆ ਫੈਸਲਾ। ਵਕੀਲ ਨੇ ਹੋਰ ਸਜ਼ਾ ਦੀ ਕੀਤੀ ਮੰਗ। ਜੇਡੀਯੂ ਨੇਤਾ ਦੇ ਬਿਆਨ ਨਾਲ ਮਚੀ ਸਿਆਸੀ ਖਲਬਲੀ। ਨਿਤਿਸ਼ ਕੁਮਾਰ ਨੂੰ ਮਿਲਿਆ ਸੀ ਪੀਐਮ ਦਾ ਆਫਰ। ਇੰਡੀਆ ਗੱਠਜੋੜ ਦੇ ਨੇਤਾਵਾਂ ਨੇ ਦਿੱਤੀ ਸੀ ਪੇਸ਼ਕਸ਼। ਦਿੱਲੀ 'ਚ ਧਾਰਾ 144 ਲਾਗੂ। ਪ੍ਰਧਾਨ ਮੰਤਰੀ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਆਈ ਵੱਡੀ ਅਪਡੇਟ। ਸਹੁੰ ਚੁੱਕ ਸਮਾਗਮ ਲਈ ਦਿੱਲੀ 'ਚ ਸਖ਼ਤ ਸੁਰੱਖਿਆ ਦੇ ਕੀਤੇ ਗਏ ਪ੍ਰਬੰਧ। ਇਸ ਵੇਲੇ ਦੀ ਵੱਡੀ ਖਬਰ ਕਾਨਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਸਪਾ ਵਿਧਾਇਕ ਸਣੇ ਪੰਜ ਦੋਸ਼ੀਆਂ ਨੂੰ 7 ਸਾਲ ਦੀ ਕੈਦ ਤੇ 30,500 ਰੁਪਏ ਜੁਰਮਾਨਾ ਕੀਤਾ ਗਿਆ। ਸਜ਼ਾ ਤੇ ਬਹਿਸ ਦੌਰਾਨ ਇਰਫਾਨ ਦੇ ਵਕੀਲ ਸੈਯਦ ਨਕਵੀ ਨੇ ਕਿਹਾ ਕਿ ਇਰਫਾਨ ਸੋਲੰਕੀ 4 ਵਾਰ ਵਿਧਾਇਕ ਰਹਿ ਚੁੱਕੇ ਨੇ, ਓਗਜ਼ਨੀ ਵਰਗੀਆਂ ਹਰਕਤਾਂ ਨਹੀਂ ਕਰ ਸਕਦਾ। ਇਹ ਪਲਾਟ KDA ਤੋਂ ਖਰੀਦਿਆ ਗਿਆ ਸੀ। ਘੱਟੋ ਘੱਟ ਸਜ਼ਾ ਦਿੱਤੀ ਜਾਏ। ਸ਼ਰੀਫ ਤੇ ਸ਼ੌਕਤ ਦੇ ਵਕੀਲ ਨੇ ਵੀ ਜ਼ਿਲ੍ਹਾ ਸਰਕਾਰ ਦੇ ਵਕੀਲ ਅਪਰਾਧੀ ਦਲੀਪ ਅਵਸਥੀ ਨੂੰ ਘੱਟ ਸਜ਼ਾ ਦੇਣ ਦੀ ਗੱਲ ਕਹੀ। ਉਹ ਲੋਕ ਸੇਵਕ ਨੇ, ਇਸ ਲਈ ਉਹ ਆਮ ਆਦਮੀ ਨਾਲੋਂ ਸਮਾਜ ਪ੍ਰਤੀ ਵਧੇਰੇ ਜਵਾਬਦੇਹੀ ਰੱਖਦੇ ਨੇ। ਅਜਿਹੀ ਸਜ਼ਾ ਦਿੱਤੀ ਜਾਏ ਜੋ ਸਮਾਜ ਵਿੱਚ ਮਿਸਾਲ ਬਣੇ। ਵੱਧ ਤੋਂ ਵੱਧ ਸਜ਼ਾ ਤੇ ਜੁਰਮਾਨਾ ਦਿੱਤਾ ਜਾਏ। ਵਾਦੀਨੀ ਬਹੁਤ ਗਰੀਬ ਹੈ, ਵੱਧ ਤੋਂ ਵੱਧ ਜੁਰਮਾਨਾ ਲਾਇਆ ਜਾਏ। ਜੁਰਮਾਨੇ ਸਰ ਇਨਸਾਫ ਹੋਗਾ ਪੀੜਤ ਨੂੰ ਦਿੱਤੀ ਜਾਏ। ਦੱਸ ਦਈਏ ਕਿ ਨਜ਼ੀਰ ਫਾਤਿਮਾ ਨਾਂ ਦੀ ਔਰਤ ਨੇ ਵਿਧਾਇਕ ਸੋਲੰਕੀ ਦੇ ਨਾਲ ਉਹਨਾਂ ਦੇ ਭਰਾ ਰਿਜ਼ਵਾਨ ਸੋਲੰਕੀ ਦੇ ਖਿਲਾਫ ਜਾਜਮਾਓ ਥਾਣੇ 'ਚ ਮਾਮਲਾ ਦਰਜ ਕਰਵਾਇਆ ਸੀ। ਜਾਂਚ ਦੌਰਾਨ ਸ਼ੌਕਤ ਤੇ ਇਜ਼ਰਾਈਲ ਆਟਾ ਵਾਲਾ ਦੇ ਨਾਂ ਵੀ ਸਾਹਮਣੇ ਆਏ ਸੀ। ਦੋਸ਼ੀ ਤੇ ਪ੍ਰਤੀ ਦੋਸ਼ੀ 30,500 ਰੁਪਏ ਜੁਰਮਾਨਾ ਲਾਇਆ ਗਿਆ। ਅਦਾਲਤ ਨੇ ਸਪਾ ਵਿਧਾਇਕ ਇਰਫਾਨ ਸੋਲੰਕੀ ਸਮੇਤ ਪੰਜ ਦੋਸ਼ੀਆਂ ਨੂੰ ਪਲਾਟ ਵਿਵਾਦ ਨੂੰ ਲੈ ਕੇ ਇੱਕ ਔਰਤ ਦੇ ਘਰ ਨੂੰ ਅੱਗ ਲਾਉਣ ਦੇ ਮਾਮਲੇ 'ਚ 7 ਸਾਲ ਦੀ ਸਜ਼ਾ ਸੁਣਾਈ। ਇਨਸਾਫ ਹੋਗਾ, ਬੇਗੁਨਾਹੀ ਕੀ ਜੇਲ ਕਾਟ ਰਹੇ ਹੈ, ਇਨਸਾਫ ਜ਼ਰੂਰ ਹੋਗਾ ਸਰ। ਅਬ ਪੂਰੀ ਉਮੀਦ ਹੈ ਅੱਲਾਹ ਸੇ ਕਿ ਅੱਲਾਹ ਮੇਰਾ ਇਨਸਾਫ ਜ਼ਰੂਰ ਕਰਨਾ। ਆਪਕੋ ਕੀ ਲੱਗਤਾ ਹੈ, ਕਿਸ ਤਰੀਕੇ ਕੀ ਸਾਜ਼ਿਸ਼ ਹੈ ਜਾਂ ਕੀ ਸਾਜ਼ਿਸ਼ਨ ਆਪਕੇ ਸਾਥ ਐਸੇ ਕੁਛ ਕੀਆ ਜਾ ਰਹਾ ਹੈ ਪਰਿਵਾਰ ਕੋ ਕਰੇ ਹੋ? ਸਰ ਆਪ ਲੋਗ ਖੁਦ ਸਮਝਤੇ ਹੋ, ਮੈਨੇ KDA ਕਾ ਪਲਾਟ ਲਿਆ। ਕਿਆ KDA ਕਾ ਪਲਾਟ ਇਹ ਕੁਛ ਸਰਕਾਰੀ ਵੋ ਫਰਜ਼ੀ ਸੰਸਥਾ ਹੈ? KDA ਕਾ ਮਤਲਬ ਸਰਕਾਰੀ ਸੰਸਥਾ ਹੈ ਸਰ, ਵੋ KDA ਕਾਨਪੁਰ ਡਿਵੈਲਪਮੈਂਟ ਅਥਾਰਟੀ। ਮੈਂ ਨਹੀਂ ਸਮਝਤਾ ਹੂੰ ਕਿ ਵੋ ਇੱਕ ਸਰਕਾਰੀ ਸੰਸਥਾ ਹੈ। ਸਭ ਜਬ ਸਰ ਮੈਂ ਤੋ ਕਹਿ ਰਹਾ ਹੂੰ ਨਾ, ਮੈਂ ਬੇਗੁਨਾਹ ਹੂੰ। ਹਮਾਰੇ ਪਾਪਾ ਕੀ ਯੇ 30 ਸਾਲ ਕੀ ਮਿਹਨਤ ਥੀ, 30 ਸਾਲ ਤੱਕ ਸੇ ਮਿਹਨਤ ਕਰਤੇ ਹੋ ਹਮ ਲੋਗ ਇਸ ਮੁਕਾਮ ਤੱਕ ਪਹੁੰਚੇ ਸਰ। ਇਤਨਾ ਆਸਾਨ ਨਹੀਂ ਹੋਤਾ ਹੈ ਸਰ। ਅਭੀ ਆਪ ਵੀ ਧੂਪ ਮੈਂ ਖੜੇ ਹੋ ਕੇ ਆਪਕੋ ਪਤਾ ਹੈ ਕਿ ਆਪ ਕੈਸੀ ਮਿਹਨਤ ਕਰ ਰਹੇ ਹੋ। ਮੈਂ ਆਪਕੇ ਉਪਰ ਉਂਗਲੀ ਉਠਾ ਦੂੰ ਲੇਕਿਨ 4 ਉਂਗਲੀ ਹਮਾਰੇ ਉਪਰ ਵੀ ਉਠੇਗੀ ਸਰ। ਕੋਰਟ ਨੇ 436 ਮੇਂ ਸਭੀ ਕੋ 7 ਸਾਲ ਕੀ ਸਜ਼ਾ ਸੁਣਾਈ ਹੈ। ਬਾਕੀ ਸਭ ਧਾਰਾਓਂ ਮੇਂ ਕਿਸੀ ਮੇਂ 1 ਸਾਲ, ਕਿਸੀ ਮੇਂ 2 ਸਾਲ, ਕਿਸੀ ਮੇਂ 2000 ਜੁਰਮਾਨਾ, ਕਿਸੀ 5000 ਜੁਰਮਾਨਾ, ਕੁੱਲ ਮਿਲਾ ਕੇ ਜੋ ਸਭ ਸੇ ਬੜੀ ਸਜ਼ਾ ਹੈ ਆਗਜਨੀ ਮੇਂ 436। ਲੇਕਿਨ ਮਹੱਤਵਪੂਰਨ ਬਾਤ ਇਹ ਹੈ ਕਿ ਕੋਰਟ ਨੇ ਸਜ਼ਾ ਕਾ ਜੋ ਆਧਾਰ ਬਨਾਇਆ ਹੈ ਵੋ ਅਭਿਯੁਕਤੋਂ ਨੇ ਜਮਾਨਤ ਕੇ ਸਮੇਂ, ਅਗ੍ਰਿਮ ਜਮਾਨਤ ਕੇ ਸਮੇਂ ਜੋ ਬਾਤੇਂ ਕਹੀ ਥੀ ਉਨ ਬਾਤੋਂ ਕੋ ਆਧਾਰ ਬਨਾਇਆ ਹੈ ਜੋ ਕ੍ਰਿਮਿਨਲ ਜਸਟਿਸ ਸਿਸਟਮ ਕੇ ਅਗੇਂਸਟ ਹੈ। ਵੋ ਕਾਨੂੰਨ ਪੜਾ ਜੋ ਐਵੀਡੈਂਸ ਆਏਗੀ ਵਿਚ
विचारण के दौरान न्यायालय में उस एविडेंस के आधार पर फैसला होगा। वी आर नॉट एग्री विद द एनालिसिस। ਵਿਧਾਇਕ ਨੂੰ 7 ਸਾਲ ਦੀ ਸਜ਼ਾ ਸੁਣਾਏ ਜਾਣ ਤੇ ਬੀਜੇਪੀ ਆਗੂ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਹਨਾਂ ਕਿਹਾ ਕਿ ਜਿਸ ਪ੍ਰਕਾਰ ਨਾਲ ਸਮਾਜਵਾਦੀ ਪਾਰਟੀ ਦੇ ਵਿਧਾਇਕ ਇਰਫਾਨ ਸੋਲੰਕੀ ਜੋ ਅਖਿਲੇਸ਼ ਯਾਦਵ ਦੇ ਬਹੁਤ ਕਰੀਬੀ ਮੰਨੇ ਜਾਂਦੇ ਨੇ, ਉਹ 7 ਸਾਲ ਲਈ ਦੋਸ਼ੀ ਪਾਏ ਗਏ ਨੇ। ਉਹਨਾਂ ਨੇ ਇੱਕ ਗਰੀਬ ਮਹਿਲਾ ਦੀ ਝੌਂਪੜੀ ਵਿੱਚ ਅੱਗ ਲਾਈ ਸੀ ਤੇ ਉਸਦੀ ਜ਼ਮੀਨ ਤੇ ਕਬਜ਼ਾ ਕਰਨ ਲਈ ਸਾਜ਼ਿਸ਼ ਰਚੀ ਹੈ ਤੇ ਇਹੀ ਉਹਨਾਂ ਦੀ ਮਾਨਸਿਕਤਾ। ਜਿਸ ਪ੍ਰਕਾਰ ਸਮਾਜਵਾਦੀ ਪਾਰਟੀ ਕੇ ਵਿਧਾਇਕ ਇਰਫਾਨ ਸੋਲੰਕੀ ਜੋ अखिलेश यादव जी के बहुत करीबी माने जाते हैं, वो 7 साल के लिए दोषी पाए गए हैं। उन्होंने फातिमा नाम की एक महिला की झोपड़ी में आग लगा दी, गरीब महिला की, और उनके जमीन पर कब्जा करने के लिए साजिश रची। ये उनकी मानसिकता है। सपा मतलब जंगल राज, सपा मतलब माफिया राज। जैसे ही सपा को कुछ सीटें मिली है तो उनके समर्थक कैसे उग्र होकर नंगा नाच कर रहे हैं हिंसा और अपराध का, ये अब देखने लायक होगा। ਜਿਨ੍ਹਾਂ ਨੇਤਾਵਾਂ ਨੇ ਨਿਤੀਸ਼ ਕੁਮਾਰ ਨੂੰ ਇੰਡੀਆ ਗਠਜੋੜ ਦਾ ਰਾਸ਼ਟਰੀ ਕਨਵੀਨਰ ਬਣਾਉਣ ਤੋਂ ਇਨਕਾਰ ਕੀਤਾ ਸੀ, ਉਹ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਨ ਦੀ ਪੇਸ਼ਕਸ਼ ਕਰ ਰਹੇ ਨੇ। ਕੇਂਦਰ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਜੇਡੀਯੂ ਆਗੂ ਕੇਸੀ ਤਿਆਗੀ ਦੇ ਇਸ ਬਿਆਨ ਨੇ ਸਿਆਸੀ ਖਲਬਲੀ ਮਚਾ ਦਿੱਤੀ। ਉਹਨਾਂ ਕਿਹਾ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਨਿਤੀਸ਼ ਨੂੰ ਇੰਡੀਆ ਗਠਜੋੜ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਸੀ, ਪਰ ਉਹਨਾਂ ਨੇ ਇਸ ਨੂੰ ਠੁਕਰਾ ਦਿੱਤਾ ਸੀ। ਲੈਂਡਫਾਲ ਜੌਬ ਮਾਮਲੇ 'ਚ ਲਾਲੂ ਯਾਦਵ ਤੇ ਉਹਨਾਂ ਦੇ ਪਰਿਵਾਰ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸੀਬੀਆਈ ਨੇ ਇਸ ਮਾਮਲੇ 'ਚ ਆਰਜੇਡੀ ਸੁਪਰੀਮੋ ਲਾਲੂ ਯਾਦਵ ਤੇ 70 ਹੋਰ ਮੁਲਜ਼ਮਾਂ ਖਿਲਾਫ਼ ਅੰਤਿਮ ਚਾਰਜਸ਼ੀਟ ਦਾਖਲ ਕੀਤੀ ਹੈ। ਚਾਰਜਸ਼ੀਟ 'ਚ ਸ਼ਾਮਿਲ ਦੋਸ਼ੀਆਂ 'ਚ 38 ਉਮੀਦਵਾਰ ਵੀ ਸ਼ਾਮਿਲ ਨੇ। ਇਸ ਮਾਮਲੇ 'ਚ ਲਾਲੂ ਯਾਦਵ ਤੋਂ ਇਲਾਵਾ ਰਾਬੜੀ ਦੇਵੀ ਤੇ ਤੇਜਸਵੀ ਯਾਦਵ ਵੀ ਮੁਲਜ਼ਮ ਨੇ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਹੈ ਕਿ ਉਹ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ 6 ਜੁਲਾਈ ਨੂੰ ਦਾਖਲ ਚਾਰਜਸ਼ੀਟ ਤੇ ਵਿਚਾਰ ਕਰੇਗੀ। ਤੁਹਾਨੂੰ ਇੱਥੇ ਦੱਸ ਦਈਏ ਕਿ ਜ਼ਮੀਨ ਨੌਕਰੀ ਘੁਟਾਲੇ ਦੇ ਮਾਮਲੇ 'ਚ 4 ਅਕਤੂਬਰ 2023 ਨੂੰ ਅਦਾਲਤ ਨੇ ਨਵੀਂ ਚਾਰਜਸ਼ੀਟ ਦੇ ਸੰਬੰਧ 'ਚ ਸਾਬਕਾ ਰੇਲ ਮੰਤਰੀ ਲਾਲੂ ਯਾਦਵ ਤੇਜਸਵੀ ਯਾਦਵ ਰਾਬੜੀ ਦੇਵੀ ਤੇ ਹੋਰਾਂ ਨੂੰ ਜ਼ਮਾਨਤ ਦਿੱਤੀ ਸੀ। ਮਈ 2022 'ਚ ਦਰਜ ਕੀਤਾ ਗਿਆ ਸੀ ਇਹ ਮਾਮਲਾ। ਸੀਬੀਆਈ ਨੇ ਮਈ 2022 'ਚ ਤਤਕਾਲੀ ਰੇਲ ਮੰਤਰੀ ਲਾਲੂ ਯਾਦਵ, ਉਹਨਾਂ ਦੀ ਪਤਨੀ ਰਾਬੜੀ ਦੇਵੀ, ਦੋ ਧੀਆਂ ਮੀਸਾ ਵਾਨ ਹੇਮਾ ਤੇ ਅਣਪਛਾਤੇ ਜਨਤਕ ਸੇਵਕਾਂ ਅਤੇ ਨਿੱਜੀ ਵਿਅਕਤੀਆਂ ਸਮੇਤ ਹੋਰਾਂ ਖਿਲਾਫ਼ ਕੇਸ ਦਰਜ ਕੀਤਾ ਸੀ। ਇਸ ਵੇਲੇ ਦੀ ਵੱਡੀ ਖਬਰ ਹੈ ਕਿ ਰਾਮੋਜੀ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਰਾਮੋਜੀ ਰਾਓ ਦਾ 87 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਮੋਜੀ ਰਾਓ ਨੇ ਅੱਜ ਸਵੇਰੇ ਹੈਦਰਾਬਾਦ ਦੇ ਇੱਕ ਹਸਪਤਾਲ 'ਚ ਆਖਰੀ ਸਾਹ ਲਏ ਨੇ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਤੇ ਹਸਪਤਾਲ 'ਚ ਦਾਖਲ ਸਨ। ਦੱਸ ਦਈਏ ਕਿ ਰਾਮੋਜੀ ਰਾਓ ਨੂੰ ਮੀਡੀਆ ਜਗਤ ਦੀ ਵੱਡੀ ਸ਼ਖਸੀਅਤ ਮੰਨਿਆ ਜਾਂਦਾ ਸੀ। ਉਹ ਰਾਮੋਜੀ ਫਿਲਮ ਸਿਟੀ ਤੇ ETV ਨੈਟਵਰਕ ਦੇ ਮਾਲਕ ਵੀ ਸਨ। ਸਾਲ 2016 'ਚ ਉਹਨਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ ਸੀ। ਦੱਸਣਯੋਗ ਹੈ ਕਿ ਰਾਮੋਜੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦੇ ਹੋਏ ਕੇਂਦਰੀ ਮੰਤਰੀ ਜੈਕਿਸ਼ਨ ਰੈਡੀ ਨੇ ਸੋਗ ਜਤਾਉਂਦੇ ਕਿਹਾ ਕਿ ਉਹ ਰਾਮੋਜੀ ਰਾਓ ਦੇ ਦੇਹਾਂਤ ਤੇ ਦੁਖੀ ਨੇ। ਤੇਲਗੂ ਮੀਡੀਆ ਤੇ ਪੱਤਰਕਾਰੀ 'ਚ ਉਹਨਾਂ ਦਾ ਯੋਗਦਾਨ ਸ਼ਲਾਘਾਯੋਗ ਹੈ ਤੇ ਮੇਰੀ ਸੰਵੇਦਨਾ ਉਹਨਾਂ ਦੇ ਪਰਿਵਾਰ ਦੇ ਨਾਲ ਹੈ। ਓਮ ਸ਼ਾਂਤੀ।
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ NDA ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਨੂੰ ਆਪਣਾ ਨੇਤਾ ਚੁਣਿਆ, ਜਿਸ ਨਾਲ ਉਹਨਾਂ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦਾ ਰਾਹ ਪੱਧਰਾ ਹੋ ਗਿਆ। ਇਸ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ NDA ਆਗੂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਸਹੁੰ ਚੁੱਕ ਸਮਾਗਮ ਲਈ ਦਿੱਲੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਦੇਰ ਸ਼ਾਮ ਨੂੰ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਰਾਜਧਾਨੀ ਵਿੱਚ ਧਾਰਾ 144 ਲਗਾਉਣ ਦਾ ਹੁਕਮ ਜਾਰੀ ਕੀਤਾ। ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਪਰਿਸ਼ਦ ਦੇ ਹੋਰ ਮੈਂਬਰਾਂ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ 9 ਜੂਨ ਨੂੰ ਸ਼ਾਮ 7:15 ਅਹੁਦੇ ਤੇ ਗੁਪਤਾ ਦੀ ਸਹੁੰ ਚੁਕਾਈ ਜਾਏਗੀ। NDA ਆਗੂਆਂ ਤੋਂ ਸਮਰਥਨ ਪੱਤਰ ਮਿਲਣ ਤੋਂ ਬਾਅਦ ਰਾਸ਼ਟਰਪਤੀ ਨੇ ਪਾਇਆ ਕਿ NDA 18ਵੀਂ ਲੋਕ ਸਭਾ ਵਿੱਚ ਬਹੁਮਤ ਹਾਸਲ ਕਰਨ ਦੀ ਸਥਿਤੀ ਵਿੱਚ ਹੈ, ਜਿਸ ਤੋਂ ਬਾਅਦ ਭਾਰਤ ਦੇ ਸੰਵਿਧਾਨ ਦੀ ਧਾਰਾ 75 ਦੇ ਤਹਿਤ ਰਾਸ਼ਟਰਪਤੀ ਨੇ ਨਰਿੰਦਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਮੋਹਾਲੀ ਦੇ ਫੇਜ਼ 5 ਸਾਹਮਣੇ ਉਦਯੋਗਿਕ ਖੇਤਰ ਨੇੜੇ ਮੁੱਖ ਸੜਕ ਤੇ ਸ਼ਰੇਆਮ ਇੱਕ ਨੌਜਵਾਨ ਵੱਲੋਂ ਲੜਕੀ ਨੂੰ ਤਲਵਾਰ ਨਾਲ ਅੰਨੇਵਾਹ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਲੜਕੀ ਦੀ ਮੌਤ ਹੋ ਗਈ। ਇਹ ਸਾਰੀ ਵਾਰਦਾਤ ਨੇੜੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪ੍ਰਤੱਖ ਦਰਸ਼ੀਆਂ ਦੇ ਅਨੁਸਾਰ ਸਵੇਰੇ ਫੇਜ਼ 5 ਸਥਿਤ ਗੁਰਦੁਆਰਾ ਸਾਹਿਬ ਨੇੜੇ ਮੁੱਖ ਸੜਕ ਤੇ ਇੱਕ ਲੜਕੀ ਨੂੰ ਨੌਜਵਾਨ ਨੇ ਘੇਰ ਲਿਆ ਤੇ ਤਲਵਾਰ ਨਾਲ ਲਗਾਤਾਰ ਕਈ ਵਾਰ ਕੀਤੇ, ਜਿਸ ਕਾਰਨ ਲੜਕੀ ਜ਼ਖਮੀ ਹੋ ਗਈ ਤੇ ਮੌਕੇ ਤੇ ਹੀ ਦਮ ਤੋੜ ਗਈ। ਪੁਲਿਸ ਅਨੁਸਾਰ ਲੜਕੀ ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਲੜਕੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਲੜਕੀ ਆਈ ਹੋਣੀ ਸਵੇਰੇ ਜੋਬ ਕਰਨੀ ਹੈ ਕੰਪਨੀ 'ਚ, ਸਰਦਾਰ ਬੰਦਾ ਸੀਗਾ, ਉਹਨੇ ਮੂੰਹ ਮੰਨਿਆ ਬੰਦਾ ਆਪਣਾ, ਠੀਕ ਹੈ, ਅਤੇ ਉਹਦੇ ਨਾਲ ਬਹਿਸ ਬੂਸ ਕਰੀ ਹੋਣੀ ਜਾਂ ਤਾਂ ਜਾਣਕਾਰ ਕਿਰਪਾਨ ਮਾਰੀ, ਬਾਂਹ ਵੱਢ ਗਈ ਜਿਹੜੀਆਂ ਫਿਲਮਾਂ ਮਾਰ ਰਿਹਾ ਤਾਂ ਕਿਰਪਾਨਾ ਗਿਆ ਪਿੱਛੇ ਐਂਬੂਲੈਂਸ ਦੇ ਵਿੱਚ ਭੇਜਿਆ ਪਾ ਕੇ, ਕੁੜੀ ਪੈ ਜਾਓ ਪਤਾ ਲੱਗਿਆ ਕੁੜੀ ਕਿੱਥੋਂ ਦੀ ਜਾਣ ਵਾਲੀ ਸੀ, ਹਾਲੇ ਪਤਾ ਕਰ ਰਹੇ ਸਰ, ਮੁੰਡੇ ਦਾ ਵੀ ਕੋਈ ਪਤਾ ਨਹੀਂ, ਹਾਲੇ ਕੁਛ ਨਹੀਂ ਪਤਾ ਸਰ, ਜਾਣ ਲੱਗੇ ਕਰਦੇ ਹਾਂ ਪਤਾ ਕੌਣ ਹੈ। ਦਿਨ ਚੜ੍ਹਦੇ ਹੀ ਬਠਿੰਡਾ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। SSP ਬਠਿੰਡਾ ਦੇ ਸਖ਼ਤ ਨਿਰਦੇਸ਼ਾਂ ਤੇ ਨਸ਼ਿਆਂ ਦੇ ਖਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਵੱਲੋਂ ਜਨਤਾ ਨਗਰ 'ਚ ਕਾਸੋ ਆਪਰੇਸ਼ਨ ਚਲਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੋ ਲੋਕ ਨਸ਼ੇ ਦੀ ਸਪਲਾਈ ਕਰਦੇ ਨੇ ਜਾਂ ਜਿਨ੍ਹਾਂ ਖਿਲਾਫ਼ ਪਹਿਲਾਂ ਤੋਂ ਹੀ ਨਸ਼ੇ ਦੇ ਪਰਚੇ ਦਰਜ ਨੇ, ਉਹਨਾਂ ਦੇ ਘਰਾਂ ਦੀ ਸਪੈਸ਼ਲ ਤਲਾਸ਼ੀ ਲਈ ਗਈ ਹੈ। ਨਾਲ ਹੀ ਸ਼ੱਕੀ ਘਰਾਂ ਦੀ ਵੀ ਜਾਂਚ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਵੱਲੋਂ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਨਾਲ ਹੀ ਤੇਜ਼ ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਰਚ ਅਭਿਆਨ ਇਸੇ ਤਰ੍ਹਾਂ ਜਾਰੀ ਹੈ। ਹਾਂਜੀ, ਅੱਜ ਮਾਨਯੋਗ SSP ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਨਸ਼ਿਆਂ ਦੇ ਖਿਲਾਫ਼ ਜੋ ਪੰਜਾਬ ਪੁਲਿਸ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ, ਉਸ ਦੇ ਤਹਿਤ ਜਿਹੜਾ ਅੱਜ ਕਾਸੋ ਆਪਰੇਸ਼ਨ ਜਿਹੜਾ ਜਨਤਾ ਨਗਰ ਏਰੀਏ ਦੇ ਵਿੱਚ ਕੀਤਾ ਗਿਆ ਹੈ, ਜਿਸ ਦੇ ਵਿੱਚ ਅਸੀਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਨਸ਼ੇ ਦੀ ਸਪਲਾਈ ਕਰਦੇ ਨੇ ਜਾਂ ਜਿਨ੍ਹਾਂ 'ਤੇ ਕੋਈ ਪਹਿਲਾਂ ਕਿਸੇ ਤਰ੍ਹਾਂ ਦੇ ਪਰਚੇ ਦਰਜ ਨੇ, ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਜੇ ਹੋਰ ਵੀ ਜੇ ਕੋਈ ਸਾਨੂੰ ਸ਼ੱਕੀ ਵਿਅਕਤੀ ਜਿਹੜਾ ਲੱਗਦਾ ਹੈ, ਅਸੀਂ ਉਹਨਾਂ ਨੂੰ ਜਿਹੜਾ ਚੈੱਕ ਕਰ ਰਹੇ ਹਾਂ। ਦੇਖੋ, ਅਜੇ ਸਾਡਾ ਇਹ ਆਪਰੇਸ਼ਨ ਚੱਲ ਰਿਹਾ, ਅਜੇ ਅਸੀਂ 2-3 ਘੰਟੇ ਸਾਡਾ ਹੋਰ ਇਹ ਆਪਰੇਸ਼ਨ ਚੱਲੂਗਾ, ਉਸ ਤੋਂ ਬਾਅਦ ਜਿਹੜਾ ਅਸੀਂ ਤੁਹਾਨੂੰ ਜਿਹੜਾ ਡਿਟੇਲ ਦੇ ਵਿੱਚ ਦੱਸੂਗਾ।
ਨੰਗਲ ਜ਼ਿਲ੍ਹਾ ਪੁਲਿਸ ਮੁਖੀ ਗੁਰਨੀਤ ਸਿੰਘ ਖੁਰਾਣਾ ਅਤੇ DSP ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਵਾਂ ਨੰਗਲ ਪੁਲਿਸ ਵੱਲੋਂ ਨਸ਼ਿਆਂ ਦੇ ਸੁਦਾਗਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇੱਕ ਨੌਜਵਾਨ ਨੂੰ 40 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਹਦਾ ਨਾਂ ਹੈ ਹਰਪ੍ਰੀਤ ਸਿੰਘ, ਇਹ ਪਿੰਡ ਕੁਲਗ੍ਰਾਮ ਦਾ ਰਹਿਣ ਵਾਲਾ ਆ। ਪੁਲਿਸ ਪਾਰਟੀ ਨੇ ਇਹਦੇ ਕੋਲੋਂ 40 ਗ੍ਰਾਮ ਚਿੱਟੀ ਦੀ ਬਰਾਮਦ ਕੀਤੀ ਹੈ। ਇਹਦੇ ਆਪਣਾ NDPS ਐਕਟ ਦੀ ਧਾਰਾ 2285 ਤਹਿਤ ਪਰਚਾ ਦਰਜ ਕੀਤਾ ਗਿਆ ਅਤੇ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਰਿਮਾਂਡ ਵਗੈਰਾ ਲਿਆ ਗਿਆ? ਇਹ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਜਾਂ 14 ਦਿਨ ਦਾ ਜੁਡੀਸ਼ਲ ਰਿਮਾਂਡ ਦਿੱਤਾ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਅਤੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਡਾਕਟਰ SP ਸਿੰਘ ਓਬਰਾਏ ਵੱਲੋਂ ਮਨੁੱਖਤਾ ਦੇ ਭਲੇ ਲਈ ਦੇਸ਼ ਵਿਦੇਸ਼ਾਂ ਦੇ ਅੰਦਰ ਕੀਤੇ ਜਾ ਰਹੇ ਕਾਰਜਾਂ ਦੇ ਤਹਿਤ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਰੇਲਵੇ ਰੋਡ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਇੱਕ ਡੈਂਟਲ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦਾ ਰਸਮੀ ਤੌਰ 'ਤੇ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵਜੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਚੇਅਰਮੈਨ ਧਰਮ ਪ੍ਰਚਾਰ ਕਮੇਟੀ ਹਰਿਆਣਾ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ ਸ਼ਾਮਿਲ ਹੋਏ। ਇਸ ਦੌਰਾਨ ਡੈਂਟਲ ਕਲੀਨਿਕ ਦਾ ਉਦਘਾਟਨ ਕਰਨ ਤੋਂ ਬਾਅਦ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਡਾਕਟਰ SP ਸਿੰਘ ਓਬਰਾਏ ਵੱਲੋਂ ਮਨੁੱਖਤਾ ਨੂੰ ਬਚਾਉਣ ਦੇ ਲਈ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਬਹੁਤ ਹੀ ਪਰਉਪਕਾਰੀ ਕਾਰਜ ਕੀਤੇ ਜਾ ਰਹੇ ਨੇ। ਬਹੁਤ ਬਹੁਤ ਮੁਬਾਰਕ, ਵਧਾਈ ਦੇਣਾ ਕਿ ਅੱਜ ਇਹ ਜਿਹੜਾ ਡੈਂਟਲ ਕਲੀਨਿਕ ਆ ਇਹਦਾ ਇਲਾਕੇ ਦੀਆਂ ਸੰਗਤਾਂ ਲਾਭ ਉਠਾਉਣਗੀਆਂ। ਇੱਥੇ ਬਹੁਤ ਕਾਬਲ ਡਾਕਟਰ ਸਾਹਿਬ ਅਤੇ ਪੂਰਾ ਸਟਾਫ ਜਿਹੜਾ ਬੈਠੇਗਾ, ਔਰ ਦੰਦਾਂ ਦੇ ਡਾਕਟਰ ਜਿਹੜੇ ਆ ਇਲਾਕੇ ਦੇ, ਜਿਹੜੇ ਕੋਈ ਦੰਦਾਂ ਦੀ ਪ੍ਰੋਬਲਮ ਦੇ ਨਾਲ ਕੋਈ ਮਰੀਜ਼, ਉਹਨੇ ਪ੍ਰੋਬਲਮ ਨੂੰ ਹੱਲ ਕਰਨਗੇ, ਮਰਜ਼ ਦਾ ਇਲਾਜ ਕਰਨਗੇ। ਸੋ ਇਸ ਗੱਲ ਦੀ ਬਹੁਤ ਬਹੁਤ ਵਧਾਈ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਮੁੱਚੀ ਟੀਮ, ਸਰਦਾਰ SP ਸਿੰਘ ਜੀ ਉਬਰਾਏ, ਔਰ ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਸੈਕਟਰੀ ਸਾਹਿਬ, ਮੁੱਖ ਗ੍ਰੰਥੀ ਸਾਹਿਬ ਅਤੇ ਸਾਰੀਆਂ ਸੰਗਤਾਂ ਜਿਹੜੇ ਹਰ ਸਮੇਂ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਆ, ਉਹਨਾਂ ਨੂੰ ਸਤਿਗੁਰ ਤੰਦਰੁਸਤੀ ਬਖਸ਼ਣ, ਚੜ੍ਹਦੀ ਕਲਾ ਬਖਸ਼ਣ, ਅਤੇ ਸਾਡੀਆਂ ਸ਼ੁਭ ਇਛਾਵਾਂ ਵੀ ਇਸ ਟਰੱਸਟ ਦੇ ਨਾਲ ਆ, ਸਰਦਾਰ ਓਬਰਾਏ ਸਾਹਿਬ ਦੇ ਨਾਲ ਆ। ਅਤੇ ਅੱਜ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰਕੇ ਆਪਣੇ ਨਗਰ ਕਾਦੀਆਂ ਦੇ ਵਿੱਚ ਇਸ ਡੈਂਟਲ ਕਲੀਨਿਕ ਦੇ ਉਦਘਾਟਨ ਦੇ ਸਮੇਂ ਪਹੁੰਚੇ ਹਾਂ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ, ਸਰਬੱਤ ਦਾ ਭਲਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆਓ ਸਾਰੇ ਆਪਾਂ ਆਪਣੇ ਗੁਰੂ ਦੇ ਬਖਸ਼ੇ ਸਿਧਾਂਤ ਅਨੁਸਾਰ ਧਰਮ ਦੀ ਕਿਰਤ ਕਰਦੇ, ਨਾਮ ਜਪਦੇ, ਵੰਡ ਛਕਦੇ ਹੋਏ ਲੋਕ ਭਲਾਈ ਦੇ, ਮਨੁੱਖਤਾ ਦੀ ਸੇਵਾ ਦੇ ਕਾਰਜਾਂ ਦੇ ਵਿੱਚ ਜਿਹੜਾ ਆਪੋ ਆਪਣਾ ਯੋਗਦਾਨ ਪਾਈ। ਬੀਤੇ ਦਿਨੀ ਕਪੂਰਥਲਾ ਦੇ ਪਿੰਡ ਲਾਟੀਆਂ ਵਾਲਾ ਨੇੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ 3 ਮੁਲਜ਼ਮ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ। ਉਹਨਾਂ ਵਿੱਚ ਇੱਕ ਗੋਪੀ ਨਾਮਕ ਮੁਲਜ਼ਮ ਵੱਲੋਂ ਪਿੰਡ ਲਾਟੀਆਂ ਵਾਲਾ ਨਿਵਾਸੀ ਸੇਵਾ ਸਿੰਘ ਨੂੰ ਪਿਸਟਲ ਨਾਲ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ। ਉਹਨਾਂ ਵਿੱਚੋਂ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਸੰਬੰਧੀ ਵਧੇਰੇ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਮਿਸਟਰਸ ਕਾਲ ਆਈ ਸੀਗੀ ਜਿਸ ਦੇ ਵਿੱਚ ਕਿ ਇੱਕ ਕੁਲਬੀਰ ਸਿੰਘ ਅਲਾਇਸ ਮਿੱਠੂ ਨਾਮ ਦਾ ਲੜਕਾ ਜਿਹੜਾ ਕਿ ਲਾਟੀਆਂ ਵਾਲਾ ਰਹਿਣ ਹੋਇਆ, ਉਹਨੇ ਸਾਨੂੰ ਇਤਲਾਹ ਦਿੱਤੀ ਸੀਗੀ ਕਿ ਉਸਦਾ ਇੱਕ ਰਿਲੇਟਿਵ ਜਿਸਦਾ ਕਿ ਨਾਮ ਕਿ ਬਿੱਲਾ ਹੈ, ਉਹਦੇ ਕਿਸੇ ਨੇ ਗਨਸ਼ੋਟ ਇੰਜਰੀ ਕਰਤੀ ਹੈ। ਉਹ 3 ਜਾਣੇ ਇਨਕਲੂਡਿੰਗ ਮਿੱਠੂ, ਬਿੱਲਾ ਅਤੇ ਉਹਨਾਂ ਦਾ ਇੱਕ ਹੋਰ ਰਿਸ਼ਤੇਦਾਰ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਉਰਫ ਗੋਪੀ, ਇਹ 3 ਜਾਣੇ ਬਾਈਕ 'ਤੇ ਤਲਵੰਡੀ ਮਾਧੋ ਸਾਈਡ ਤੋਂ ਮੋਠਾਵਾਲ ਵਾਲੀ ਸਾਈਡ 'ਤੇ ਜਾ ਰਹੇ ਸਨ। ਰਸਤੇ ਵਿੱਚ ਜਦੋਂ ਇਹ ਜਾ ਰਹੇ ਸਨ ਤਾਂ ਇੱਕ ਪਲਸਰ ਉੱਤੇ 3 ਨੌਜਵਾਨ, ਜਿਨ੍ਹਾਂ ਵਿੱਚੋਂ ਇੱਕ ਵਰਦੀਧਾਰੀ ਸੀ ਅਤੇ 2 ਸਿਵਲ ਦੇ ਵਿੱਚ ਸਨ,
ਜੋ ਕਿ ਤਿੰਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੇ ਸਨ ਅਤੇ CIA ਜਲੰਧਰ ਨੂੰ ਬਿਲੋਂਗ ਕਰਨ ਬਾਰੇ ਗਲਤ ਇਤਲਾਹ ਦੇ ਕੇ ਉਹਨਾਂ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਜਾਂ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਲੜਕਿਆਂ ਨੂੰ ਸ਼ੱਕ ਹੋਇਆ ਜਿਸ ਦੇ ਵਿੱਚ ਕਿ ਉਹਨਾਂ ਦੀ ਇੱਕ ਆਪਸ ਦੇ ਵਿੱਚ ਸਕਫਲ ਹੋ ਗਿਆ ਡਿਊਰਿੰਗ ਦ ਸਕਫਲ ਉਹਨਾਂ ਦੇ ਵਿੱਚ ਜਿਹੜੇ ਤਿੰਨ ਲੜਕੇ ਜਿਹਨਾਂ ਦੇ ਵਿੱਚ ਇੱਕ ਮਾਮਰੇ ਵਰਦੀਧਾਰੀ ਸੀਗਾ ਅਤੇ ਦੋ ਲੜਕੇ ਜਿਹੜੇ ਦੂਸਰੇ ਸੀਗੇ ਉਹ 'ਚੋਂ ਇੱਕ ਲੜਕਾ ਜਿਸਦਾ ਨਾਮ ਕਿ ਹੈਪੀ ਹੈ ਉਹਨੇ ਆਪਣੇ ਵੈਪਨ ਤੋਂ ਫਾਇਰ ਕਰ ਦਿੱਤਾ ਜੋ ਕਿ ਬਿੱਲੇ ਦੇ ਐਬਡੋਮਨ ਵਿੱਚ ਲੱਗਾ ਦੋ ਹੀ ਇਜ਼ ਆਊਟ ਆਫ ਡੇਂਜਰ ਹੀ ਵਾਜ਼ ਰਸ਼ ਟੂ ਦ ਹੋਸਪਿਟਲ ਜਿੱਥੇ ਕਿ ਉਹਨੂੰ ਆਪਰੇਟ ਕੀਤਾ ਗਿਆ ਹੁਣ ਉਹ ਖਤਰੇ ਤੋਂ ਬਾਹਰ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਮੂਹ ਜੋਨਾ ਵੱਲੋਂ ਧਾਰੀਵਾਲ ASI ਹਸਪਤਾਲ ਦਾ ਘਿਰਾਓ ਕੀਤਾ ਗਿਆ। ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਸਵੰਤ ਸਿੰਘ ਪਿੰਡ ਕਾਲੇ ਨੰਗਲ ਜੋ ਕਿ ਇਸ ਹਸਪਤਾਲ ਵਿੱਚ MLT ਦੀ ਪੋਸਟ 'ਤੇ ਤੈਨਾਤ ਸੀ ਦਾ ਲਗਭਗ 2 ਸਾਲ ਪਹਿਲਾਂ ਪਿੰਡ ਜਾਪੂਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਕੋਲ ਡਿਊਟੀ ਸਮੇਂ ਐਕਸੀਡੈਂਟ ਹੋ ਗਿਆ ਸੀ ਅਤੇ ਉਹ 100% ਅਪਾਹਿਜ ਹੋ ਗਿਆ। ਸੰਬੰਧਿਤ ਵਿਭਾਗ ਵੱਲੋਂ ਜਸਵੰਤ ਸਿੰਘ ਨੂੰ ਉਸਦੇ ਬਣਦੇ ਹੱਕ 'ਤੇ ਬਕਾਇਆ ਦੇਣ ਲਈ ਟਾਲ ਮਟੋਲ ਦੀ ਨੀਤੀ ਲਗਾਤਾਰ ਅਪਣਾਈ ਗਈ ਜਿਸ 'ਤੇ ਜਸਵੰਤ ਸਿੰਘ ਦੀ ਪਤਨੀ ਸੁਖਦੇਵ ਕੌਰ ਨੇ ਚੰਡੀਗੜ੍ਹ ਸਮੇਤ ਦਫ਼ਤਰ ਦੇ ਕਈ ਗੇੜੇ ਲਾਏ ਪਰੰਤੂ ਕੋਈ ਇਨਸਾਫ਼ ਨਹੀਂ ਮਿਲਿਆ। ਇਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇੱਥੇ ਧਰਨਾ ਦਿੱਤਾ ਗਿਆ ਜਿਸ ਦੇ ਵਿੱਚ ਮੈਡੀਕਲ ਅਫਸਰ ਵੱਲੋਂ ਮੈਡੀਕਲ ਸੁਪਰਡੈਂਟ ਕਮ ਡਿਪਟੀ ਡਾਇਰੈਕਟਰ ਹੈਲਥ ਨਾਲ ਮੀਟਿੰਗ ਦਾ ਵਿਸ਼ਵਾਸ ਦੇਣ ਤੋਂ ਬਾਅਦ ਧਰਨਾ ਮੁਲਤਵੀ ਕੀਤਾ ਗਿਆ। ਇਹ ਜਿਹੜਾ ਜੋਨ ਬਾਬਾ ਮਸਤੂ ਆ ਉਹਦੀ ਇਕਾਈ ਬਣੀ ਆ ਆਪਣੇ ਨਵਾਂ ਜੋਨ ਬਣਿਆ ਬੇਬੇ ਨਾਨਕੀ ਜੋਨ ਜਿਹਦੀ ਪ੍ਰਧਾਨ ਜਿਹੜੀ ਆ ਸੁਖਦੇਵ ਕੌਰ ਆ। ਸੁਖਦੇਵ ਕੌਰ ਦੇ ਪਤੀ ਦੀ ਜਿਹੜੀ ਆ ਉਹ ਐਕਸੀਡੈਂਟ ਜਿਹੜਾ ਹੋਇਆ ਅਤੇ ਉਹ ਬਿਲਕੁਲ ਜਿਹੜੇ ਆ ਅਪਾਹਜ ਹੋ ਗਏ ਰੀੜ੍ਹ ਦੀ ਹੱਡੀ ਦੇ ਵਿੱਚ ਜਿਹੜੀ ਉਹ ਸੱਟ ਲੱਗੀ ਸੀ। ਸੋ ਇੱਥੇ ਆਪਾਂ ESI ਜਿਹੜਾ ਆਪਾਂ ਧਰਨਾ ਦਿੱਤਾ ਇੱਥੇ ਜਿਹੜੇ ਕਲੈਰੀਕਲ ਜਿਹੜਾ ਸਟਾਫ ਆ ਉਹ ਜਿਹੜਾ ਜਿਹੜੇ ਉਹਦੇ ਬੈਨੀਫਿਟ ਜਿਹੜੇ ਭੱਤੇ ਬਣਦੇ ਸੀ ਉਹਨਾਂ ਨੂੰ ਜਿਹੜਾ ਉਹ ਦੇ ਨਹੀਂ ਸੀ ਰਿਹਾ ਅਤੇ ਉਹਦੇ ਕਰਕੇ ਅੱਜ ਆਪਾਂ ਜਿਹੜਾ ਇੱਥੇ ਧਰਨਾ ਦਿੱਤਾ ਕਿਉਂਕਿ 2 ਸਾਲ ਜਿਹੜਾ ਜਿਹੜੀ ਭੈਣ ਸੁਖਦੇਵ ਕੌਰ ਆ ਉਹਦੀ ਖੱਜਲ ਖਰਾਬੀ ਤੋਂ ਬਾਅਦ ਆਪਾਂ ਚੰਡੀਗੜ੍ਹ ਡਾਇਰੈਕਟਰ ਦੇ ਵੀ ਆਪਾਂ ਹੋ ਕੇ ਆਏ ਹਾਂ ਪਰ ਜਿਹੜਾ ਪ੍ਰਸ਼ਾਸਨ ਆ ਜੋ ਬਹੁਤ ਉਹਦੀ ਢਿੱਲ ਮੱਠ ਹੈ ਅਤੇ ਉਸ ਢਿੱਲ ਮੱਠ ਨੂੰ ਸਮਝਦਿਆਂ ਹੋਇਆਂ ਸਾਨੂੰ ਲੱਗਦਾ ਵੀ ਇਹ ਜਿਹੜੀ ਆਨਾਕਾਨੀ ਕਰਿਆ ਉਹਦੇ ਸੰਬੰਧ ਦੇ ਵਿੱਚ ਇਸ ਬੈਨੀਫਿਟਾਂ ਨੂੰ ਲੈਣ ਵਾਸਤੇ ਜਿਹੜਾ ਆਪਾਂ ਧਰਨਾ ਅੱਜ ਜਿਹੜਾ ਇੱਥੇ ESI ਧਾਰੀਵਾਲ ਦੇ ਵਿੱਚ ਲਾਇਆ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।